ਜਵਰੀਆ ਜੋੜੀ ਦੀ ਸਕਸੈਸ ਬਾਅਦ ਪਰਿਣੀਤ ਚੋਪੜਾ ਹੁਣ ਆਪਣੀ ਅਗਲੀ ਫਿਲਮ ਲੈ ਕੇ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੀ ਹੈ। ਜੀ ਬਿਲਕੁਲ, ਪਰਿਣੀਤ ਚੋਪੜਾ ਦੀ ਅਗਲੀ ਫਿਲਮ ਦਾ ਗਰਲ ਔਨ ਦਾ ਟ੍ਰੇਨ ਦਾ ਫਸਟ ਲੁੱਕ ਰਿਲੀਜ਼ ਹੋ ਚੁੱਕਾ ਹੈ। ਇਸ ਲੁੱਕ ਵਿੱਚ ਪਰਿਣੀਤ ਦੇ ਲੁੱਕ ਬਹੁਤ ਹੀ ਜ਼ਬਰਦਸਤ ਨਜ਼ਰ ਆ ਰਹੀ ਹੈ। ਫਸਟ ਲੁੱਕ ਵਿੱਚ ਪਰਿਣੀਤ ਦੀ ਸਿਰਫ ਤਸਵੀਰ ਹੀ ਦੇਖਣ ਨੂੰ ਮਿਲ ਰਹੀ ਹੈ। ਇਹ ਤਸਵੀਰ 'ਚ ਪਰਿਣੀਤ ਕਾਫੀ ਇੰਟੈਂਸ ਨਜ਼ਰ ਆ ਰਹੀ ਹੈ। ਇਸ ਪਿਕ ਵਿੱਚ ਪਰਿਣੀਤ ਇੱਕ ਬਾਥ ਟੱਬ ਵਿੱਚ ਨਜ਼ਰ ਆ ਰਹੀ ਹੈ। ਮੱਥੇ ਤੇ 60 ਵਜ਼ਨ ਕਾਰਨ ਖੂਨ ਨਿਕਲ ਰਿਹਾ ਤੇ ਪਰਿਣੀਤੀ ਦਾ ਕੱਜਲ ਵੀ ਖਿਲ ਰਿਹਾ ਹੋਇਆ ਹੈ। ਇਹ ਫਿਲਮ ਪੌਲਾ ਹਾਕਿਨਸ ਦੇ ਨਾਵਲ ਦਾ ਗਰਲ ਔਨ ਦਾ ਟ੍ਰੇਨ ਤੇ ਆਧਾਰਿਤ ਹੈ। ਦੱਸ ਦਈਏ ਕਿ ਇਸ ਤੇ ਫਿਲਮ ਦਾ ਗਰਲ ਔਨ ਦੀ ਟ੍ਰੇਨ ਬਣ ਚੁੱਕੀ ਹੈ ਤੇ ਇਹ ਫਿਲਮ ਦਾ ਗਰਲ ਔਨ ਦੀ ਟ੍ਰੇਨ ਦਾ ਰੀਮੇਕ ਹੈ। ਇਹ ਇੱਕ ਅਮੈਰੀਕਨ ਹਾਲੀਵੁੱਡ ਫਿਲਮ ਸੀ। ਇਹ ਕਹਾਣੀ ਇੱਕ ਤਲਾਕਸ਼ੁਦਾ ਔਰਤ ਦੀ ਹੈ ਜਿਸ ਦੀ ਕਿ ਜ਼ਿੰਦਗੀ ਵਿੱਚ ਕਾਫੀ ਉਤਲ ਫੁਤਲ ਮੱਚਦੀ ਹੈ ਤੇ ਉਹ ਸਵੇਰੇ ਸ਼ਾਮ ਟ੍ਰੇਨ 'ਚ ਬੈਠੀ ਰਹਿੰਦੀ ਹੈ। ਕਿੱਥੇ ਉਤਰਨਾ ਹੁੰਦਾ ਹੈ ਉਸਨੂੰ ਪਤਾ ਹੀ ਨਹੀਂ ਹੁੰਦਾ। ਇਸ ਕਹਾਣੀ 'ਚ ਇਹ ਔਰਤ ਇੱਕ ਲਾਪਤਾ ਹੋਏ ਵਿਅਕਤੀ ਨੂੰ ਵੀ ਭਾਲਦੀ ਹੈ। ਪਰਿਣੀਤੀ ਦੇ ਇਲਾਵਾ ਇਸ ਫਿਲਮ ਵਿੱਚ ਕੀਰਤੀ ਕੁਲਹਾੜੀ, ਅਦਿਤੀ ਰਾਓ ਤੇ ਅਵਿਨਾਸ਼ ਤਿਵਾੜੀ ਨਜ਼ਰ ਆਉਣਗੇ। ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਰਿਬੂ ਦਾਸ ਗੁਪਤਾ ਨੇ ਤੇ ਹਜੇ ਇਸ ਫਿਲਮ ਦੀ ਰਿਲੀਜ਼ ਡੇਟ ਅਨਾਊਂਸ ਨਹੀਂ ਕੀਤੀ ਗਈ। ਪਰ ਤੁਹਾਨੂੰ ਇਹ ਕਹਾਣੀ ਕਿਵੇਂ ਲੱਗ ਰਹੀ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਦੇਖਦੇ ਰਹੋ ਸਾਡਾ ਚੈਨਲ ਸਟਾਰ ਕੈਨੇਡਾ ਟੀਵੀ। ਸਬਸਕ੍ਰਾਈਬ ਦ ਚੈਨਲ ਐਂਡ ਪ੍ਰੈਸ ਦ ਬੈਲ ਨੋਟੀਫਿਕੇਸ਼ਨ ਆਈਕਨ।